डेरेश पॉस्ट विद डॉ नवदीप शर्मा ग्लोबली रेनॉउड आयुर्वेदिक हीलर जस्ट पंजाबी दे व्यूअर्स नु प्यार भरी सत श्री अकाल जी कॉन्स्टिपेशन कब्ज सुनंच एक बहुत गंभीर रोग ਨਹੀਂ ਲੱਗਦਾ ਛੋਟੀ ਜੀ ਚੀਜ਼ ਲੱਗਦੀ ਹੈ ਔਰ ਅਕਸਰ ਇਗਨੋਰ ਕਰਤੀ ਜਾਂਦੀ ਹੈ ਲੇਕਿਨ ਬਹੁਤ ਹੀ ਗੰਭੀਰ ਰੋਗਾਂ ਦੀ ਜੜ ਹੈ ਇਹ ਕੌਨਸਟਿਪੇਸ਼ਨ ਸ਼ਾਇਦ ਹੀ ਕੋਈ ਐਸਾ ਕ੍ਰੋਨਿਕ ਡਿਜ਼ੀਜ਼ ਹੋਵੇ ਜਿਹੜਾ ਕਿ ਇਹ ਕਨਸਟਿਪੇਸ਼ਨ ਨਾ ਕਰ ਦਿੰਦੀ ਹੋਵੇ ਪਾਈਲਸ ਆਰਥਰਾਈਟਿਸ ਆਟੋਇਮਿਊਨ ਡਿਸਆਰਡਰਸ ਆਯੁਰਵੇਦ ਦੇ हिसाब ਨਾਲ ਚੱਲੀਏ ਤੇ ਕਨਸਟਿਪੇਸ਼ਨ ਬਹੁਤ ਸਾਰੇ ਰੋਗਾਂ ਦੀ ਜੜ ਹੈ ਕਿਉਂ ਹੋ ਜਾਂਦੀ ਹੈ ਇਹ ਕਨਸਟਿਪੇਸ਼ਨ ਦੋ ਮੇਜਰ ਕਾਰਨ ਡਾਈਟ ਚ ਫਾਈਬਰ ਦਾ ਘਟਾ ਦੇਣਾ ਆਪਾਂ ਸਾਰੇ ਅੱਜ ਦੀ ਡੇਟ ਚ ਪ੍ਰੋਸੈਸਡ ਫੂਡਸ ਲੈਣ ਦੇ ਆਦੀ ਬਣ ਚੁੱਕੇ ਹਾਂ ਫਾਈਬਰ ਡਾਈਟ ਚ ਬਹੁਤ ਘਟ ਜਾ ਪਿਆ ਹੈ ਇਹੀ ਕਾਰਨ ਹੈ ਕੀ ਕਨਸਟਿਪੇਸ਼ਨ ਦੀ ਪ੍ਰੋਬਲਮ ਅੱਜ ਵੱਧ ਗਈ ਹੈ ਦੂਸਰਾ ਪੈਰੀਸਟੈਲਟਿਕ ਮੂਵਮੈਂਟ ਪ੍ਰੋਪਰ ਨਾ ਹੋਣਾ ਸਾਡੇ ਫਾਲਟੀ ਲਾਈਫਸਟਾਈਲ ਕਰਕੇ ਲੈਕ ਆਫ ਐਕਸਰਸਾਈਜ਼ ਕਰਕੇ ਸਾਡੀ ਜਿਹੜੀ ਇੰਟਰਸਟਾਈਨ ਨੇ ਉਹਦੀ ਜਿਹੜੀ ਨਾਰਮਲ ਪੈਰੀਸਟੈਲਟਿਕ ਮੂਵਮੈਂਟਸ ਨੇ ਉੱਕਟ ਗਈਆਂ ਨੇ ਉਹਦੇ ਕਰਕੇ ਵੀ ਅੱਜ ਕਨਸਟਿਪੇਸ਼ਨ ਦੇ ਕੇਸਸ ਵੱਧ ਗਏ ਨੇ ਇਹਦਾ ਇਲਾਜ ਕੀ ਹੈ ਬਹੁਤ سارے ਲੋਕ ਮੈਂ ਦੇਖਦਾ ਹਾਂ ਐਲੋਪੈਥਿਕ ਦਵਾਈਆਂ ਤੇ ਲੱਗ ਜਾਂਦੇ ਨੇ ਔਰ ਬਹੁਤ ਸਾਰੇ ਆਯੁਰਵੈਦਿਕ ਦਵਾਈਆਂ ਤੇ ਵੀ ਲੱਗ ਜਾਂਦੇ ਨੇ ਦੇਖੋ ਦਵਾਈ ਲਾਸਟ ਹਥਿਆਰ ਹੈ ਔਰ ਦਵਾਈ ਅਗਰ ਆਯੁਰਵੇਦ ਦੀ ਵੀ ਖਾਣੀ ਹੈ ਤੇ ਆਪਾਂ ਯਾਦ ਰੱਖਣਾ ਹੈ ਕਿ ਐਸੀ ਦਵਾਈ ਖਾਣੀ ਹੈ ਜਿਹੜੀ ਲੱਗੇ ਨਾ ਜ਼ਰੂਰੀ ਹੈ ਇਸ ਕੌਨਸਟਿਪੇਸ਼ਨ ਨੂੰ ਨੋਰਮਲ ਲਾਈਫਸਟਾਈਲ ਚੇਂजेस ਨਾਲ ਦੂਰ ਕਰਨਾ ਪਹਿਲਾ ਲਾਈਫਸਟਾਈਲ ਚੇਂਜ ਅਗਰ ਕੌਨਸਟਿਪੇਸ਼ਨ ਰਹਿ ਰਹੀ ਹੈ ਜਿੰਨਾ ਪਾਣੀ ਤੁਸੀਂ ਦਿਨ ਚ ਪੀ ਰਹੇ ਹੋ ਉਸ ਤੋਂ ਡਬਲ ਕਰ ਦੋ ਸਵੇਰੇ ਖਾਲੀ ਪੇਟ ਕੋਸ਼ਿਸ਼ ਕਰੋ ਫਲ ਖਾਂ ਦੀ ਆਦਤ ਪਾਓ ਆਪਣੇ ਖਾਣੇ ਦੇ ਨਾਲ ਸਲਾਦ ਜਰੂਰ ਖਾਓ ਤ੍ਰਿਫਲਾ ਆਮਲਾ ਹਰੜ ਤੇ ਬਹੇੜਾ ਇਹ ਤਿੰਨ ਐਸੀਆਂ ਜੜੀ ਬੂਟੀਆਂ ਨੇ ਜਿਨ੍ਹਾਂ ਨੂੰ ਮੈਂ ਕਦੀ ਵੀ ਦਵਾਈ ਨਹੀਂ ਗਿੰਦਾ ਕਿਉਂਕਿ ਇਹ ਟੋਨਿਕਸ ਨੇ ਇਹ ਤਿੰਨਾ ਹਰਬਸ ਦਾ ਮਿਲਿਆ ਹੋਇਆ ਤ੍ਰਿਫਲਾ ਰਾਤੀ ਸੌਣ ਲੱਗਿਆਂ 2.5 ਗ੍ਰਾਮ ਤੋਂ ਲੈ ਕੇ 5 ਗ੍ਰਾਮ ਤੱਕ ਯੂਜ਼ ਕਰੋ ਕੱਲਾ ਤ੍ਰਿਫਲਾ ਕੰਮ ਨਹੀਂ ਕਰ ਪਾਰਿਆ ਇਸ ਸਭ ਗੋਲੋ ਦੇ ਚ ਪਾ ਸਕਦੇ ਹੋ 5 ਤੋਂ 10 ਗ੍ਰਾਮ ਕੈਸਟਰ ਆਇਲ ਅਰੰਡ ਦਾ ਤੇਲ ਅਗਰ ਤ੍ਰਿਫਲਾ ਤੇ ਇਹ ਸਭ ਗੋਲ ਮਿਲਾ ਕੇ ਲੈ ਲਿਆ ਪਾਣੀ ਵੱਧ ਪੀ ਲਿਆ ਫਾਈਬਰ ਲੈ ਰਹੇ ਹਾਂ ਫਿਰ ਵੀ ਕਨਸਟਿਪੇਸ਼ਨ ਦੂਰ ਨਹੀਂ ਹੋ ਰਹੀ ਸਾਡਾ ਅਗਲਾ ਸਟੈਪ ਹੈ ਕੈਸਟਰ ਆਇਲ ਲੈਣਾ ਚਮਚ ਦੇ ਪੰਜਵੇਂ ਹਿੱਸੇ ਤੋਂ ਸ਼ੁਰੂ ਕਰਕੇ ਆਪਾਂ ਵੱਧ ਦੇ ਵੱਧੇ ਮੈਕਸਿਮਮ ਇੱਕ ਚਮਚ ਤੱਕ ਦੁੱਧ ਚ ਰਾਤੀ ਲੈ ਸਕਦੇ ਹਾਂ ਇਹ ਚੀਜ਼ਾਂ ਅਗਰ ਆਪਾਂ ਕਰਾਂਗੇ ਦੇਖੰਚ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੇ ਇਹ ਕੌਨਸਟਿਪੇਸ਼ਨ ਨੂੰ ਦੂਰ ਭਜਾ ਸਕਦੀਆਂ ਨੇ ਬਟ ਅਗਰ ਤੁਹਾਨੂੰ ਲੱਗਦਾ ਵੈ ਕਿ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਗਾਈਡ ਕੀਤੀਆਂ ਨੇ ਇਹੋ ਜੀ ਬਹੁਤ ਸਾਰੇ ਪ੍ਰਯਾਸ ਤੁਸੀਂ ਕਰ ਚੁੱਕੇ ਹੋ ਫਿਰ ਵੀ ਕੌਨਸਟਿਪੇਸ਼ਨ ਜਿਉਂ ਦੀ ਤਿਉਂ ਬਣੀ ਹੈ ਕਹਦਾ ਮਤਲਬ ਹੈ ਹੁਣ ਇਹ ਰੋਗ ਬਣ ਚੁੱਕੀ ਹੈ ਜ਼ਰੂਰੀ ਹੈ ਰੋਗ ਬਣ ਚੁੱਕੀ ਕੌਨਸਟਿਪੇਸ਼ਨ ਨੂੰ ਪ੍ਰੋਪਰ ਇਲਾਜ ਦੇ ਨਾਲ ਜੜੋਂ ਠੀਕ ਕਰਨਾ ਨਾ ਕਿ ਕੇਵਲ ਕੋਈ ਚੂਰਨ ਖਾ ਕੇ ਕੋਈ ਕੈਪਸੂਲ ਖਾ ਕੇ ਆਪਣਾ ਪੇਟ ਸਾਫ ਕਰ ਲੈਣਾ। ਅਗਰ ਤੁਸੀਂ क्रोनिक कॉन्स्टिपेशन ਤੋਂ ਜੂਝ ਰਹੇ ਹੋ, ਪਰੇਸ਼ਾਨ ਹੋ ਗਏ ਹੋ ਉਸ ਤੋਂ, ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਵੈ। ਕੇਵਲ ਇੱਕ ਕਾਲ ਕਰਨੀ ਹੈ ਐਸਟ੍ਰੋਲੋਜੀ ਨੰਬਰ ਤੇ ਜਾਂ WhatsApp ਮੈਸੇਜ ਪਾਣਾ ਵੈ। ਮੇਰੇ ਡਾਕਟਰ ਤੁਹਾਨੂੰ ਆਪ ਕਾਲ ਕਰਨਗੇ ਤੇ ਤੁਹਾਨੂੰ ਗਾਈਡ ਕਰਨਗੇ ਕਿ ਕੀ ਕੀਤਾ ਜਾ ਸਕਦਾ ਵੈ ਤੁਹਾਡੇ ਕੇਸ 'ਚ ਇਸ क्रोनिक कॉन्ਸਟਿਪੇਸ਼ਨ ਨੂੰ ਠੀਕ ਕਰਨ ਵਾਸਤੇ ਸਸਟੇ ਕਾਲਜ ਜੁਆਇਨ ਡਾਕਟਰ ਨਵਦੀਪ ਸ਼ਰਮਾ 글로ਬਲੀ ਰੈਨਾਉਂਡ ਆਯੁਰਵੇਦਿਕ ਹੀਲਰ ਲਾਈਵ ਇਨ ਜਲਵੇ ਚੱਕੀ ਤੇ 8 ਜੂਨ 10:30 ਪੀਐਮ ਈਐਸਟੀ ਓਨਲੀ ਔਨ ਚੈਨਲ ਜਸ ਪੰਜਾਬੀ